ਅੱਜਕੱਲ ਇਹ ਜਿਹੜੇ ਦਿਨ ਚੱਲੀ ਜਾਂਦੇ ਨੇ ਹਰ ਇੱਕ ਜ਼ਿਮੀਂਦਾਰ ਦੇ ਮਨ ਦੇ ਵਿੱਚ ਇੱਕੋ ਹੀ ਭੈਅ ਚੱਲਦਾ ਰਹਿੰਦਾ ਹੈ ਡਰ ਲੱਗਾ ਰਹਿੰਦਾ ਹੈ ਕਿ ਕਣਕ ਜੜੀ ਸਾਡੀ ਕਿਤੇ ਡਿਗ ਨਾ ਪਵੇ ਕਿਉਂਕਿ ਹਵਾਵਾਂ ਦੀ ਗਤੀ ਕਾਫੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਮਾਰਚ ਮਹੀਨੇ ਦੇ ਵਿੱਚ ਹਵਾਵਾਂ ਜ਼ਿਆਦਾ ਚੱਲਦੀਆਂ ਨੇ ਜਿਦੇ ਕਰਕੇ ਕਣਕ ਡਿਗਣ ਦਾ ਖਤਰਾ ਜਿਹੜਾ ਜ਼ਿਆਦਾ ਬਣ ਜਾਂਦਾ ਹੈ ਪਰ ਆਪਾਂ ਕਣਕ ਨੂੰ ਡਿਗਣ ਤੋਂ ਕਿਵੇਂ ਬਚਾ ਸਕਦੇ ਹਾਂ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਨਾਲ ਕਣਕ ਨਾ ਡਿਗੇ ਜਾਂ ਫਿਰ ਕਦੋਂ ਕਣਕ ਡਿਗਣ ਦੇ ਨਾਲ ਝਾੜ ਦੇ ਉੱਤੇ ਜ਼ਿਆਦਾ ਫਰਕ ਪੈਂਦਾ ਹੈ ਕਿਹੜੀਆਂ ਜ਼ਮੀਨਾਂ ਦੇ ਵਿੱਚ ਜ਼ਿਆਦਾ ਝਾੜ ਘਟਦਾ ਹੈ ਡਿੱਗਣ ਦੇ ਨਾਲ ਤੇ ਕਿਹੜੀਆਂ ਜ਼ਮੀਨਾਂ ਦੇ ਵਿੱਚ ਕਣਕ ਡਿੱਗਣ ਦੇ ਨਾਲ 1% ਭੋਰਾ ਵੀ ਝਾੜ ਨਹੀਂ ਕੱਢਦਾ ਹੈ ਸਾਰੀਆਂ ਚੀਜ਼ਾਂ ਆ ਗਿਆ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜੇ ਨਵੇਂ ਕਿਸਾਨ ਪਹਿਲੀ ਵਾਰੀ ਚੈਨਲ ਤੇ ਆਏ ਨੇ ਸਬਸਕ੍ਰਾਈਬ ਕਰਕੇ ਬੈਲ ਜੜੀਆ ਜਰੂਰ ਦਬਾ ਲਓ ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਜੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਕ ਇੱਕ ਕਰਕੇ ਆਪਾਂ ਇਹਨਾਂ ਦੋਵਾਂ ਚੀਜ਼ਾਂ ਦੇ ਉੱਤੇ ਗੱਲ ਕਰਦੇ ਹਾਂ ਪਹਿਲੇ ਨੰਬਰ ਤੇ ਆਪਾਂ ਜਾਣਦੇ ਹਾਂ ਕਿ ਕਣਕ ਨੂੰ ਡਿੱਗਣ ਤੋਂ ਕਿਵੇਂ ਆਪਾਂ ਰੋਕ ਸਕਦੇ ਹਾਂ ਕਿਵੇਂ ਬਚਾ ਸਕਦੇ ਹਾਂ ਤੇ ਦੂਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਕਣਕ ਕਦੋਂ ਡਿੱਗੇ ਕਿਹੜੀ ਸਟੇਜ ਦੇ ਵਿੱਚ ਡਿੱਗੇ ਤਾਂ ਕਿ ਪਹਿਲੇ ਨੰਬਰ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਵੱਡੀ ਚੀਜ਼ ਹੈ ਆਪਣੇ ਨੋਟ ਕਰਨ ਵਾਲੀ ਕਣਕ ਨੂੰ ਜਿਹੜਾ ਆਖਰੀ ਪਾਣੀ ਆਪਾਂ ਲਾਉਣਾ ਹੈ ਇਹ ਪਾਣੀ ਲਾਉਣ ਲੱਗਿਆਂ ਬਹੁਤ ਜ਼ਿਆਦਾ ਲੋਕ ਇੱਕ ਵੱਡੀ ਗਲਤੀ ਕਰ ਜਾਂਦੇ ਨੇ ਜਿਹਦੇ ਕਾਰਨ ਕਣਕ ਡਿੱਗ ਜਾਂਦੀ ਏ ਤੇ ਝਾੜ ਦੇ ਉੱਤੇ ਫਰਕ ਪੈਂਦਾ ਹੈ ਗਲਤੀ ਕੀ ਹੁੰਦੀ ਏ ਕਣਕ ਨੂੰ ਜ਼ਿਆਦਾ ਸਕਾ ਲੈਨੇ ਆਪਾਂ ਥੱਲੇੋਂ ਜ਼ਮੀਨ ਜਿਹੜੀ ਜ਼ਿਆਦਾ ਚਿੱਟੀ ਹੋ ਜਾਂਦੀ ਏ ਚਿੱਟੀ ਜ਼ਮੀਨ ਹੋਣ ਤੋਂ ਬਾਅਦ ਵਿੱਚ ਜਦੋਂ ਆਪਾਂ ਕਣਕ ਦੇ ਵਿੱਚ ਪਾਣੀ ਲਾਉਨੇ ਆ ਇੱਕ ਤਾਂ ਕਣਕ ਜਿਹੜੀ ਤੁਹਾਡੀ ਡਿੱਗੇਗੀ ਜ਼ਿਆਦੀ ਤੇ ਦੂਸਰੇ ਨੰਬਰ ਤੇ ਜਿਹੜੀ ਵੱਡੀ ਚੀਜ਼ ਹੈ ਗਿੱਲੀ ਜ਼ਮੀਨ ਦੇ ਵਿੱਚ ਜੇਕਰ ਤੁਸੀਂ ਪਾਣੀ ਲਾਉਂਦੇ ਹੋ ਜ਼ਮੀਨ ਸੁੱਕਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਖਰੀ ਪਾਣੀ ਜਿਹੜਾ ਲਾ ਦਿੰਦੇ ਹੋ ਮੰਨ ਕੇ ਚੱਲੋ ਹਨੇਰੀ ਆ ਜਾਂਦੀ ਏ ਜਿਆਦਾ ਤੂਫਾਨ ਆ ਜਾਂਦਾ ਹੈ ਕਿਉਂਕਿ ਜਿਹੜੀ ਤੁਹਾਡੀ ਡਿੱਗ ਪੈਂਦੀ ਏ ਤਾਂ ਗਿੱਲੇ ਵੱਤਰ ਦੇ ਵਿੱਚ ਲੱਗੇ ਪਾਣੀ ਵਾਲੀ ਕਣਕ ਜਿਹੜੀ ਏ 8 ਦਿਨਾਂ ਦੇ ਅੰਦਰ ਅੰਦਰ ਦੁਬਾਰੇ ਖੜੀ ਹੋ ਜਾਊਗੀ ਦੁਬਾਰੇ ਉੱਠ ਪਾਊਗੀ ਪਰ ਜਿਹੜੀ ਕਣਕ ਨੂੰ ਆਪਾਂ ਜਿਆਦਾ ਸਕਾ ਕੇ ਚਿੱਟਾ ਕਰਕੇ ਜ਼ਮੀਨ ਨੂੰ ਪਾਣੀ ਲਾਉਣੇ ਆ ਉਹ ਕਣਕ ਹਨੇਰੀ ਦੇ ਨਾਲ ਜੇ ਡਿੱਗ ਪਈ ਦੁਬਾਰੇ ਕਦੇ ਵੀ ਖੜੀ ਨਹੀਂ ਹੋ ਸਕਦੀ ਕਿਉਂਕਿ ਉਹਦੀਆਂ ਜੜਾਂ ਜੜੀਆਂ ਬੇਜਾਨ ਹੋ ਚੁੱਕੀਆਂ ਨੇ ਜੜਾਂ ਦੇ ਵਿੱਚ ਨਹੀਂ ਜਾਨ ਹੀ ਨਹੀਂ ਹੈਗੀ ਕਿ ਕਣਕ ਨੂੰ ਦੁਬਾਰਾ ਜੜਾਓ ਖੜਾ ਕਰ ਦੇਣਾ ਕਣਕ ਦੇ ਵਿੱਚ ਦੁੱਧਾ ਭਰਨ ਤੋਂ ਪਹਿਲਾਂ ਪਹਿਲਾਂ ਤੁਹਾਡੀ ਕਿੰਨੀ ਵੀ ਕਣਕ ਡਿਗ ਪੈਂਦੀ ਹੈ ਜੇ ਗਿੱਲੇ ਬੱਤਰ ਪਾਣੀ ਲੱਗਾ ਹੈ ਕਣਕ ਜਿਹੜੀ ਦੁਬਾਰੇ ਖਲੋ ਜਾਂਦੀ ਹੈ ਖੜੀ ਹੋ ਜਾਂਦੀ ਹੈ ਗੋਡਾ ਮਾਰ ਜਾਂਦੀ ਹੈ ਕਣਕ ਤਾਂ ਉਹਦੇ ਝਾੜ ਦੇ ਉੱਤੇ ਬਿਲਕੁਲ ਵੀ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ ਕਣਕ ਨੂੰ ਆਪਾਂ ਸੁਕਾ ਕੇ ਪਾਣੀ ਲਾਇਆ ਹੈ ਜਿਹੜੀਆਂ ਜ਼ਮੀਨਾਂ ਨੀਵੀਆਂ ਨੇ ਜਾਦੀਆਂ ਨੀਵੀਆਂ ਜ਼ਮੀਨਾਂ ਨੇ ਕਣਕ ਡਿਗ ਪਈਏ ਉਹਨਾਂ ਦੇ ਵਿੱਚ ਝਾੜ ਇਸ ਕਰਕੇ ਘਟ ਜਾਂ ੱਲੇ ਵਾਲੇ ਸਿੱਟੇ ਹੁੰਦੇ ਨੇ ਉਹਨਾਂ ਦੇ ਵਿੱਚ ਬੜੀ ਤਰ੍ਹਾਂ ਦੀਆਂ ਫੰਗਸਾਂ ਆਉਣ ਦਾ ਡਰ ਜਿਹੜਾ ਬਣਿਆ ਰਹਿੰਦਾ ਹੈ ਦਾਣੇ ਸੁਗੜਨ ਦੀ ਦਿੱਕਤ ਆਪਾਂ ਨੂੰ ਜਿਹੜੀ ਹੈ ਜ਼ਿਆਦਾ ਵੇਖਣ ਨੂੰ ਮਿਲਦੀ ਏ ਜਿਹੜੀ ਕਣਕ ਨੂੰ ਗਿੱਲੇ ਬੱਤਰ ਦੇ ਵਿੱਚ ਪਾਣੀ ਲੱਗੇਗਾ ਜੋ ਡਿੱਗਦੀ ਏ ਉਹਦੀਆਂ ਜੜਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਜੜਾਂ ਹਿੱਲਦੀਆਂ ਜ਼ਰੂਰ ਨੇ ਪਰ ਟੁੱਟਦੀਆਂ ਨਹੀਂ ਗੀਆਂ ਤੇ ਝਾੜ ਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਨੁਕਸਾਨ ਵੇਖਣ ਨੂੰ ਨਹੀਂ ਮਿਲਦਾ ਕਣਕ ਜਿਆਦਾ ਝਾੜ ਉਦੋਂ ਘਟਾਉਂਦੀ ਏ ਡਿੱਗਣ ਦੇ ਨਾਲ ਜਦੋਂ ਹਨੇਰੀ ਇੰਨਾਕ ਜ਼ਿਆਦਾ ਹੋਵੇ ਨਾਲੀਆਂ ਟੁੱਟ ਜਾਣ ਨਾਲੀਆਂ ਜਦੋਂ ਲਿਫ ਜਾਂਦੀਆਂ ਨੇ ਲੱਕ ਦੇ ਵਿੱਚੋਂ ਉਦੋਂ ਜ਼ਿਆਦਾ ਕਣਕ ਦਾ ਝਾੜ ਘਟਦਾ ਦੂਸਰੇ ਨੰਬਰ ਤੇ ਜਦੋਂ ਆਪਾਂ ਜ਼ਿਆਦਾ ਜ਼ਮੀਨ ਨੂੰ ਸਕਾ ਕੇ ਪਾਣੀ ਲਾਉਣਿਆਂ ਉਦੋਂ ਵੀ ਕਣਕ ਦੇ ਦੇ ਵਿੱਚ ਗਰਾਵਟ ਆਪਾਂ ਨੂੰ ਵੇਖਣ ਨੂੰ ਮਿਲਦੀ ਏ ਜਿਹੜੇ ਲੋਕ ਡਰ ਦੇ ਡਰ ਦੇ ਕਣਕ ਨੂੰ ਸੋਕਾ ਲਵਾ ਲੈਂਦੇ ਨੇ ਕਿ ਕਣਕ ਜੜੀ ਹੈ ਕਿਤੇ ਡਿਗਣਾ ਪਵੇ ਕਣਕ ਡਿਗਣ ਦੇ ਨਾਲ ਉਹਨਾ ਝਾੜ ਨਹੀਂ ਘਟਦਾ ਜਿੰਨਾ ਝਾੜ ਸੋਕਾ ਲੱਗਣ ਦੇ ਨਾਲ ਕਣਕ ਨੂੰ ਘਟਦਾ ਸੋ ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਵੇਖਣ ਤੋਂ ਬਾਅਦ ਦੇ ਵਿੱਚ ਤੁਹਾਡਾ ਸਭ ਦਾ ਵੇਖਣ ਲਈ ਬਹੁਤ ਬਹੁਤ ਧੰਨਵਾਦ